ਕੀ ਕਰਦੇ ਨੇ ਉਹ ਕਿਉਂਕਿ ਰਾਤ ਨੂੰ ਉੱਥੇ ਰਹਿੰਦੇ ਸੀ ਉਹਨਾਂ ਕੋਲ ਡੇਰੇ ਤੇ ਹੀ ਚੋਰੀ ਤੇ ਕਹਿੰਦੇ ਸਾਰੀ ਪੂਰੀ ਪਿੰਨਾ ਦਾ ਪਿੰਨਾ ਵੱਟਿਆ ਹੋਇਆ ਕਿਲੋ ਦਾ ਖਾ ਜਾਂਦੇ ਨੇ ਲੋਕਾਂ ਦੇ ਸਾਹਮਣੇ ਨੀ ਖਾਂਦੇ ਚੋਰੀ ਤੇ ਦਿੰਦੇ ਨੇ ਕੋਈ ਭੋਰੇ ਚ ਵੜ ਕੇ ਖਾ ਲੈਂਦਾ ਕੋਈ ਆਪਣਾ ਕਹਿੰਦਾ ਵੀ ਸ਼ਾਮ ਨੂੰ ਅਸੀਂ ਕਿਸੇ ਨੂੰ ਨੀ ਆਪਣੇ ਕੋਲ ਰਹਿਣ ਦਿੰਦੇ ਮਤਲਬ ਵਟਕਾ ਖਾਣੀ ਦੀ ਹੈ ਜੇ ਕੋਈ ਰਹੂ ਤਾਂ ਦੱਸ ਦੂੰਗਾ ਚੋਰੀ ਦਾ ਜਦ ਹੋ ਜਾਂਦਾ ਕੱਲਾ ਤਾਂ ਨੀ ਰਹਿਣ ਦਿੰਦੇ ਕੋਲ ਕਹਿੰਦੀ ਜੇ ਇੰਨੇ ਵਜੇ ਤੋਂ ਇੰਨੇ ਵਜੇ ਤਾਈ ਕਿਸੇ ਨੂੰ ਕੋਲ ਨੀ ਰਹਿਣ ਦਿੰਦੇ ਕਿਉਂ ਉਸੇ ਵੇਲੇ ਚੋਰੀ ਕਰਨੀ ਹੈ ਕਹਿਣ ਨੂੰ ਸਵਾਦ ਹੀ ਲਾਉਣੇ ਉਸ ਵੇਲੇ ਅਸੀਂ ਏਦਾਂ ਕਰਦੇ ਹੁੰਦੇ ਨੇ ਉਹਨਾਂ ਦੇ ਸਾਰੇ ਪਖੰਡ ਭੇਦ ਖੋਲ ਕੇ ਦੱਸੇ ਨੇ ਬਾਣੀ ਨੇ ਹਾਂ ਅੰਨੇ ਬਿਨਾਂ ਨਾ ਹੋਏ ਸਕਾਲ ਤਜੀ ਅੰਨ ਨਾ ਮਿਲੇ ਗੋਪਾਲ ਅੰਨ ਬਿਨਾਂ ਆਦਮੀ ਅੰਨ ਖਾਧੇ ਬਿਨਾਂ ਉਹਨੂੰ ਚੈਨ ਨੀ ਆਉਂਦਾ ਸੁਕਾਲ ਆਉਂਦਾ ਚੈਨ ਆ ਜਾਣਾ ਦੁੱਧ ਕੱਲੇ ਨਾਲ ਗੁਜ਼ਾਰਾ ਤਾਂ ਕਰ ਲੈਂਦਾ ਜੇ ਕੱਲਾ ਦੁੱਧ ਪੀਵੇ ਫਲ ਖਾਵੇ ਪਰ ਉਹ ਗੱਲ ਨੀ ਬਣਦੀ ਹੈ ਅੰਨ ਨਾ ਬਣਦੀ ਹੈ ਉਹ ਕੰਮ ਨੀ ਕਰ ਸਕਦਾ ਜੇ ਕਰਦਾ ਹੈ ਸੰਸਾਰ ਨੇ ਤਾਂ ਕੰਮ ਕਰਨੇ ਨੇ ਹਰ ਕਿਸਮ ਦੇ ਅੰਨੇ ਬਿਨਾਂ ਨਾ ਹੋਏ ਸੁਕਾਲ ਜੀ ਅੰਨ ਨਾ ਮਿਲੇ ਗੋਪਾਲ ਅੰਨ ਛੱਡੇ ਤੋਂ ਗੋਪਾਲ ਮਿਲ ਜਾਵੇ ਨਹੀਂ ਹੋ ਸਕਦਾ ਆਪਣੇ ਮੂਲ ਨਾਲ ਜੁੜ ਜਾਵੇ ਅੰਨ ਮਿਲੇ ਤੋਂ ਇਹ ਨਹੀਂ ਹੈ ਇਹ ਗਲਤ ਹੈ ਇਹ ਝੂਠ ਹੈ ਅੰਨ ਛੱਡ ਕੇ ਗੋਪਾਲ ਮਿਲ ਜੂਗਾ ਮਿਲਦਾ ਹੀ ਨੀ ਫਿਰ ਛੱਡਣਾ ਹੀ ਕਸ ਨੂੰ ਗੁਰਬਾਣੀ ਕਹਿੰਦੇ ਨੇ ਗੁਰਬਾਣੀ ਕੀ ਕਹਿੰਦੀ ਸੱਚਖੰਡ ਦੀ ਇਹ ਹੈ ਵੀ ਅੰਨ ਜੇ ਕੋਈ ਛੱਡੂਗਾ ਗੋਪਾਲ ਨਹੀਂ ਮਿਲ ਸਕਦਾ ਉਹਨੂੰ ਉੱਥੋਂ ਹੀ ਇਹ ਪੂਰਾ ਫਰਮਾਨ ਜਾਰੀ ਹੋ ਗਿਆ ਦਰਗਾਹ ਤੋਂ ਖਤਮ ਹੋ ਗਈ ਗੱਲ ਨਹੀਂ ਮਿਲ ਸਕਦਾ ਉਹ ਵਿਲਾਪ ਨਹੀਂ ਹੋ ਸਕਦਾ ਪਰਮੇਸ਼ਵਰ ਨੂੰ ਨਹੀਂ ਪਾਉਂਦਾ ਵਿਲਾਪ ਉਹ ਨਹੀਂ ਕਰਨ ਦਿੰਦਾ ਇਸ ਗੱਲ ਹਾਂਜੀ ਕਹੋ ਕਬੀਰ ਹਮ ਐਸੇ ਜਾਣੇ ਆ ਧੰਨ ਅਨਾਦ ਠਾਕਰ ਮਨ ਮਾਨਿਆ ਕਬੀਰ ਕਹਿੰਦਾ ਮੈਂ ਸਭ ਕੁਛ ਇਸ ਤਰੀਕੇ ਨਾਲ ਸਮਝਿਆ ਕਿਉਂਕਿ ਮੈਨੂੰ ਜੋ ਦਰਗਾਹ ਤੋਂ ਫਰਮਾਨ ਹੋਇਆ ਉਹ ਆਹ ਫਰਮਾਨ ਹੋਇਆ ਮੈਂ ਤਾਂ ਜਾਣ ਲਿਆ ਵੀ ਆਹ ਗੱਲ ਠੀਕ ਹੈ ਕਿ ਤਜੀ ਅੰਨ ਨਾ ਮਿਲੇ ਗੋਪਾਲ ਇਹ ਗੱਲ ਮੈਂ ਜਾਣ ਲਈ ਇਸ ਕਰਕੇ ਮੈਂ ਤਾਂ ਨਹੀਂ ਛੱਡਦਾ ਜੀ ਤੁਸੀਂ ਛੱਡਣ ਨਾ ਛੱਡਣ ਨੂੰ ਕਹਿਣਾ ਕਿਸੇ ਨੂੰ ਤੁਹਾਨੂੰ ਅੰਨ ਛੱਡਣ ਨੂੰ ਕਿਸੇ ਨੂੰ ਕਹਿਣਾ ਨਾ ਮੈਂ ਛੱਡਣਾ ਮੈਨੂੰ ਤਾਂ ਇਸ ਗੱਲ ਦਾ ਪਤਾ ਮੈਂ ਤਾਂ ਜਾਣ ਲਿਆ ਇਹ ਗੱਲ ਵੀ ਫਜ਼ੂਲ ਹੈ ਛੱਡਣ ਕਹੋ ਕਬੀਰ ਹਮ ਐਸੇ ਜਾਣੇ ਆ ਧੰਨ ਅਨਾਦ ਠਾਕਰ ਮਨ ਮਾਨ ਧੰਨ ਅਨਾਦ ਠਾਕੁਰ ਮਨ ਮਾਨ ਮੈਂ ਅਨਾਦ ਕੋਲੋਂ ਇਹ ਗੱਲ ਜਾਣੀ ਹੈ ਉਹ ਅਨਾਦ ਧੰਨ ਜੀ ਨੇ ਮੈਨੂੰ ਦੱਸਿਆ ਜੇ ਤੁਸੀਂ ਅਨਾਦ ਨਾਲ ਜਾ ਕੇ ਅਨਾਦ ਵਰਗਾ ਵੰਡ ਅਨਾਦ ਨਾਲ ਇੱਕ ਵੀ ਕਹੂਲ ਤਾਂ ਅਨਾਦ ਦੀ ਉਹ ਗੱਲ ਮੰਨਣੀ ਬਹੁ ਉਹ ਦੱਸੂਗਾ ਐਂ ਕਰੋ ਐਂ ਨਾ ਕਰੋ ਜੇ ਤੁਸੀਂ ਮੇਰੇ ਵਰਗੇ ਵੰਡ ਜੇ ਤੁਸੀਂ ਅਨਾਦੀ ਹੋਣਾ ਤਾਂ ਅਨਾਦੀ ਦੀ ਗੱਲ ਮੰਨੋ ਅਨਾਦੀ ਦੀ ਗੱਲ ਸੁਣੋ ਤੁਹਾਨੂੰ ਜਿਹੜਾ ਕੋਚ ਹੈ ਕਿਸੇ ਵੀ ਪਹਿਲਵਾਨ ਹੈ ਚਾਹੇ ਕੋਈ ਐਥਲੀਟ ਹੈ ਚਾਹੇ ਕੋਈ ਕ੍ਰਿਕਟ ਦਾ ਕੋਚ ਹੈ ਉਹ ਕੋਚ ਬੜਾ ਤਕੜਾ ਪਹਿਲਾਂ ਆਪ ਤਕੜਾ ਖਿਡਾਰੀ ਹੁੰਦਾ ਜਿਹੜਾ ਵਿਸ਼ਾ ਪੜਾਉਂਦਾ ਹੁੰਦਾ ਉਹਦੇ ਚ ਹੁਣ ਉਹ ਕੋਚ ਦੀ ਗੱਲ ਮੰਨਾਂਗੇ ਕਿਸੇ ਹੋਰ ਦੀ ਮੰਨੋਗੇ ਕੋਚ ਦੀ ਮੰਨੀ ਬੋਲ ਗੱਲ ਜੇ ਤਾਂ ਤੁਸੀਂ ਉਹਦੇ ਵਰਗਾ ਬਣਨਾ ਫਿਰ ਤਾਂ ਉਸੇ ਦੀ ਗੱਲ ਸੁਣਨੀ ਪਊਗੀ ਇਹ ਦੁੱਧਾ ਧਾਰੀਆਂ ਜੇ ਜਾਂ ਕੋਈ ਗਿਆ ਹੀ ਨੀ ਅੰਨ ਛੱਡ ਕੇ ਜਦ ਕੋਈ ਗਿਆ ਹੀ ਨੀ ਜਿਹੜੇ ਸੱਚਖੰਡ ਚ ਬੈਠੇ ਨੇ ਉਹ ਕਹਿੰਦੇ ਇਹਦਾ ਫਾਇਦਾ ਨੀ ਕੋਈ ਇਹ ਤਾਂ ਪਾਗਲ ਨੇ ਇਹ ਕੁਛ ਕਰਨ ਦੀ ਲੋੜ ਨੀ ਮਨ ਨੂੰ ਚੈਨ ਰਹੇ ਕਮ ਅਜ ਕਮ ਮਨ ਨੂੰ ਕੁਛ ਖਾ ਪੀ ਕੇ ਇਹ ਨਾ ਖਾ ਪੀ ਕੇ ਬੇਚੈਨ ਤਾਂ ਨਾ ਕਰੋ ਸਰੀਰ ਕਰਕੇ ਮਨ ਨੂੰ ਬੇਚੈਨ ਨਾ ਕਰੋ ਪਹਿਲਾਂ ਹੀ ਬੇਚੈਨ ਬਥੇਰਾ ਤਾਂ ਠੀਕ ਚੀਜ਼ਾਂ ਖਾਂਦੇ ਪੀਂਦੇ ਨੇ ਜਿਹੜੇ ਜਿਹੜੀਆਂ ਸਰੀਰ ਨੂੰ ਚਾਹੀਦੀਆਂ ਨੇ ਤਾਂ ਵੀ ਮਨ ਤਾਂ ਬੇਚੈਨ
कुछ ऐसा करके अपनी मर्जी का इन होर बेचैन क्यों करते हो, इन क्यों डिस्टर्ब करते हो, इन पहले ही डिस्टर्बेंस इनी है इन दिखाने वालू तुम्हें होर बेचैन करता। कोई ऐसा काम ना करो जिसे इनकी बेचैनी वधे, जेनू असी रोटी नहीं खान देंगे बेचैनी वधूगी, रोटी नी करूंगा इन रोका गए असि पहले तो इस लड़ाई शुरू रोका का काम होना ही नहीं, तो रोकी जाओ मन रोटी दे कहो मैं रोटी चाहिए जी करो, पहले तो इस गल सारी जिंदगी लंबी जू गाह काम होना ही नहीं रोकया है नवा स्यापा काम छेड़ता रोटी नहीं खान देनी तेन। इस करके है उन्होंने कहा भी यदि लोड़ नहीं है जिनी बेचैनी हैगी उस दूर कर लो शरीर करके नवी बेचैनी ना छेड़ो इन आना है खान और की करना जे सारे ही छड़ देना यार सारे छड़न फिर की होगा किसका बहु है ये मूर्खा दल पागल दियो अंधे अगली बाहर है तिर सौका कही है ये सारे अन्ने अगलों के बाहर की है दसना यह गल बिनपुर पंथ न सूझी कित बिंद निर्भई है ज्ञान ते बिना रास्ते का नहीं पता लगना ये ज्ञान तो नहने सारे ही रास्ता दसदा कोई नहीं कहने की बार ना खो हलो हरी रास्ता दसो की है रास्ता कोई नहीं जे किसी नु दसे रास्ता तां दसे रास्ते ते तुरदा कोई नहीं इस करके छोड़े अन्न मिले गोपाल तजिए अन्न ना मिले गोपाल तजिए अन्न ना मिले गोपाल अन्न ताज के गोपाल कमें मिल जूगा। कहो कबीर हम ऐसे जाने धन अनाद ठाकर मन मानिया अनाद धन है जिसे ठाकर का मन बन जाता है अनाद वो भी ठाकर है मेरा मन बनाता मन रोकता। राम कली बाणी भगता की कबीर जीओ एक ओंकार सतगुरु प्रसाद काया कलानन लाहन मेलो गुर का शब्द गुर कीन रे तृष्णा काम क्रोध मत मत सर काट काट कस रीन रे। चौकिया की बाणी शुरू होगी चौकिया टारगेट बनाया है रामकली राज है रामकली राज के जोगिया चर्चा ज्यादा पहले ही शब्द जोगी नशे नाल समाधि लाने नशे नाल समाधि लाने को बैठना पैदा अकड़ के शरीर बहना नहीं और नशे च बैठे रहते बैठने की लड़ नहीं है अकड़ के शरीर एस पोजिशन च बैठो एस मुद्रा च बैठो रिलैक्स रहे खाऊगा की बेचैनी जोगी भी पैदा करते ने आकड़ के बैठने तो बैठ नहीं सकता वो कहीं होर तरीके बेचैन करते मन शरीर के थ्रू एक होर तरीके करते तरीका ही बदलिया बेचैनी मन पैदा होती है शरीर की वजह ना मन अनसैसरी बेचैन होता आकड़ के बैठना मैं बैठना बैठा नहीं जा सकता है बह जाऊगा बैठ के फिर वह आकड़ के बैठने के पिछे लग्या रहूगा और कुछ सुन कर नहीं सकता रिलैक्स होकर बैठना चाहिए गुर शब्द सुनना चाहिए जो बच्चे बहने क्लास के पुजे की बजाय फिर कुर्सियां डैक्सा ने बिठा देने ताकि रिलैक्स होकर बैठन रिलैक्स होकर बैठ के गल सुन ध्यान जिन्ना चेर मन रिलैक्स ही नहीं ध्यान गल की सुनू एक बार तो एक मन लत भार कढ़ा दो एक बार खाना पी फिर उन्होंने उपदेश सुनाओ की समझ आऊगा तो फिरूगा बार बार अपने आप नूंभूगा गल सुनू जे एक लत भार कढ़ के तप कह देने तप कि सुबह दिखे कर देने कल तप है की है कुछ भी नहीं सब पखंड है बेवकूफ लोग ने इन्हों दिखाने वास्ते इन्होंने प्रभाव पै जाता है जो ज्ञानी लोग ने उन्होंने प्रभाव पाने वास्ते पखंड करते ने लोगों प्रवाण खातर तो गल है ठगी मान खातर भी असि भगती करते हो एक्चुअली भगती है नहीं सियाणा वास्ते नहीं भगती मूर्खा वास्ते भगती है
ਉਹਨੂੰ ਭਗਤੀ ਮੰਨਦੇ, ਬ੍ਰਹਮ ਗਿਆਨੀ ਨਹੀਂ ਭਗਤੀ ਮੰਨਦੇ ਉਹਨੂੰ। ਆਮ ਜਿਹੜੇ ਲੋਕ ਨੇ ਉਹਨਾਂ ਨੂੰ ਪ੍ਰਭਾਵਿਤ ਕਰ ਲੈਂਦੀ ਹੈ ਇਹ ਜੀ ਗੱਲ। ਹਾਂਜੀ, ਸ਼ਰਾਬ ਵੀ ਪੀਂਦੇ ਨੇ ਯੋਗੀ, ਸ਼ਰਾਬ ਦਾ ਇਨਕਾਰ ਤਾਂ ਕਰ ਨਹੀਂ ਰਿਹਾ ਕਬੀਰ, ਇਹ ਤਾਂ ਕਹਿ ਨਹੀਂ ਰਿਹਾ ਵੀ ਤੁਸੀਂ ਕਿਉਂ ਪੀਂਦੇ ਹੋ। ਉਹ ਕਹਿੰਦਾ ਸ਼ਰਾਬ ਤਾਂ ਮੈਨੂੰ ਚਾਹੀਦੀ ਹੈ ਪਰ ਮੈਨੂੰ ਇਹੋ ਜਿਹੀ ਚਾਹੀਦੀ ਹੈ। ਹੁਣ ਕਬੀਰ ਦੀ ਅਵਸਥਾ ਉੱਚੀ ਨਿਕਲ ਗਈ ਨਾ ਯੋਗੀਆਂ ਨੂੰ, ਨਸ਼ਾ ਤਾਂ ਮੈਂ ਵੀ ਪੀਂਦਾ ਆਦਿ, ਮੈਂ ਵੀ ਹਾਂ ਨਸ਼ਾ ਦਾ, ਪਰ ਮੈਂ ਇਹੋ ਜਿਹਾ ਚਾਹ ਲਾਂ, ਮੈਨੂੰ ਇਹੋ ਜਿਹਾ ਨਸ਼ਾ ਦਿਓ। ਮੇਰਾ ਨਸ਼ਾ ਆਤਮਾ ਦੇ ਪੀਣ ਵਾਲਾ, ਸਰੀਰ ਦੇ ਪੀਣ ਵਾਲਾ ਨਹੀਂ ਹੈ। ਗੱਲ ਇਹ ਤੁਸੀਂ ਸਰੀਰ ਦਾ ਨਸ਼ਾ, ਸਰੀਰ ਦਾ ਨਸ਼ਾ ਕਰਦੇ ਹੋ ਕਿ ਤੁਸੀਂ ਸਰੀਰ ਨੂੰ ਟਿਕਾ ਕੇ ਬੈਠਣਾ ਆਤਮਾ ਦੀ ਗੱਲ ਨੀ, ਤੁਹਾਡੀ ਆਤਮਾ ਨੂੰ ਟਿਕਾਉਣਾ ਤੁਹਾਡਾ ਕੰਮ ਨੀ, ਸਰੀਰ ਨੂੰ ਟਿਕਾਉਣਾ ਕੰਮ। ਸਰੀਰ ਆਕੜ ਕੇ ਬੈਠਾ ਰਹੇ ਜਿਵੇਂ ਪੱਥਰ ਦੀ ਮੂਰਤੀ ਹੁੰਦੀ ਹੈ, ਮਨ ਜਿੱਥੇ ਮਰਜ਼ੀ ਫਿਰਦਾ ਰਹੇ। ਮੈਂ ਮਨ ਨੂੰ ਟਿਕਾਉਣਾ, ਸਰੀਰ ਨੂੰ ਨੀ ਟਿਕਾਉਣਾ। ਕਾਇਆ ਕਲਾਲਣ ਲਾਣ ਮਿਲੋ, ਗੁਰ ਕਾ ਸ਼ਬਦ ਗੁਰ ਕੀ, ਜਿਹੜੀ ਸ਼ਰਾਬ ਬਣਦੀ ਹੈ ਲਾਣ ਤੋਂ ਬਣਦੀ ਹੈ। ਤੁਹਾਡਾ ਲਾਣ ਤਾਂ ਪੈਂਦਾ ਪਾਣੀ ਦੇ ਵਿੱਚ ਗੁੜ ਮਿੱਠਾ, ਗੁੜ ਪੈਂਦਾ ਨਾ ਬਹੂਏ ਦੇ ਫਲ ਨੂੰ ਵੀ ਗੁੜ ਕਹਿੰਦੇ ਨੇ, ਬਹੂਆ ਦਾ ਜਿਹੜਾ ਹੁੰਦਾ ਨਾ ਫਲ, ਖਜੂਰਾਂ ਜਿਵੇਂ ਹੁੰਦੀਆਂ ਨੇ ਉਹਨੂੰ ਗੁੜ ਕਹਿੰਦੇ ਨੇ, ਜਿੱਥੇ ਬਹੂਆ ਹੁੰਦਾ ਗੁੜ ਵਰਗਾ ਹੀ ਹੋ ਜਾਂਦਾ, ਉਹ ਥੈਲਿਆਂ ਚ ਬੱਚ ਚਿਪਕ ਜਾਂਦਾ, ਖਜੂਰਾਂ ਵੀ ਉਹ ਜਿਹੀ ਹੋ ਜਾਂਦੀਆਂ। ਕਾਇਆ ਕਲਾਲਣ ਲਾਹਣ ਵੇਲੋ, ਗੁਰ ਕਾ ਸ਼ਬਦ ਗੁਰ ਕੀ ਨੇ, ਕਲਾਲਣ ਕਿਹਨੂੰ ਕਿਹਾ, ਇੱਕ ਹੁੰਦੀ ਆ ਲਾਲਣ ਇੱਕ ਹੁੰਦੀ ਆ ਕਲਾਲਣ। ਲਾਲਣ ਦਾ ਹੈ ਵਿਵੇਕ ਬੁੱਧੀ, ਜਿਹੜੀ ਆ ਜੋ ਲਾਲਣ ਹੈ ਨਹੀਂ ਨਾ ਬੜੀ ਉਹ ਕਲਾਲਣ ਹੈ। ਕੱਕਾ ਲਾ ਕਹਿਣਾ ਨੈਗੇਟਿਵ, ਉਹ ਲਾਲਣ ਸੋ ਪ੍ਰੀਤ ਵਿਵੇਕ ਬੁੱਧੀ, ਪਰਮੇਸ਼ਰ ਦੀ ਬੁੱਧ ਤਾਂ ਹੈ ਲਾਲਣ, ਲਾਲੀ ਮੇਰੇ ਲਾਲ ਕੀ, ਉਹ ਲਾਲਣ ਤਾਂ ਉਹਦੀ ਲਾਲੀ ਹੈ ਜਿਹੜੀ, ਲਾਲੀ ਵੀ ਗਿਆ ਲਾਲਾ ਮਾਨੂ ਗਿਆ, ਲਾਲੀ ਉਹਨੂੰ ਗਿਆ, ਲਾਲਾ ਵਿਵੇਕ ਹੈ। ਲਾਲਾ ਕੌਣ ਹੈ, ਲਾਲਾ ਵਿਵੇਕ ਹੈ। ਜਾਂ ਲਾਲਾ ਹੋ ਜਾਂਦਾ ਵਿਵੇਕ ਹੋ ਜਾਂਦਾ, ਵਿਵੇਕ ਕੀ ਹੁੰਦਾ, ਫੇਰ ਗੋਲਾ ਬਣਦਾ ਲਾਲਾ ਗੋਲਾ। ਜਿੰਨਾ ਚਿਰ ਲਾਲਾ ਨੀ ਤਾਂ ਗੋਲਾ ਵੀ ਨਹੀਂ ਹੈ। ਲਾਲਾ ਛੋਟੇ ਦਾ ਨਾਮ, ਬੱਚੇ ਦਾ ਨਾਮ ਵੀ ਹੈ, ਲਾਲਾ ਛੋਟੇ ਬੱਚੇ ਨੂੰ ਵੀ ਕਹਿੰਦੇ ਨੇ। ਲਾਲਾ ਵਿਵੇਕ ਨੂੰ ਵੀ, ਜਾਂ ਵਿਵੇਕ ਪੈਦਾ ਹੁੰਦਾ ਲਾਲਾ ਹੀ ਹੁੰਦਾ, ਛੋਟਾ ਹੀ ਹੁੰਦਾ ਨਾ। ਲਾਲੀ ਲੜਕੀ ਨੂੰ ਕਹਿੰਦੇ ਨੇ ਉੱਧਰ ਯੂਪੀ ਚ, ਵਿਵੇਕ ਬੁੱਧੀ ਜਾਂ ਪੈਦਾ ਹੁੰਦੀ ਹੈ ਲਾਲੀ ਹੁੰਦੀ। ਲਾਲੀ ਨੂੰ ਅਸੀਂ ਲਾਡਲੀ ਕਹਿੰਦੇ, ਜਿਹੜਾ ਪੰਜਾਬੀ ਚ ਲਫ਼ਜ਼ ਹੈ ਨਾ ਲਾਡਲੀ, ਉਹ ਲਾਲੀ ਤੋਂ ਹੀ ਬਣਿਆ ਹੋਇਆ ਲਫ਼ਜ਼ ਹੈ ਲਾਡਲੀ, ਲਾਲੀ ਤੋਂ ਬਣਿਆ ਲਫ਼ਜ਼ ਹੈ ਲਾਡਲੀ ਪੰਜਾਬੀ ਚ, ਜਿਹੜੀ ਸਭ ਨੂੰ ਚੰਗੀ ਲੱਗੇ, ਜਿਹੜੀ ਬੁੱਧੀ ਸਭ ਨੂੰ ਚੰਗੀ ਲੱਗਦੀ ਹੈ ਉਹ ਲਾਲੀ ਹੈ ਲਾਡਲੀ ਹੈ, ਜਿਹਦਾ ਸੁਭਾਅ ਸਭ ਨੂੰ ਚੰਗਾ ਲੱਗੇ। ਲਾਡਲੀ ਅਸੀਂ ਤਾਂ ਉਹਨੂੰ ਕਹਿੰਦੇ ਜੀ ਮੈਨੂੰ ਚੰਗੀ ਲੱਗੇ, ਨਾ ਉਹ ਨਹੀਂ ਹੈ, ਸਭ ਨੂੰ ਚੰਗੀ ਲੱਗੇ ਜਿਹੜੀ। ਹੁਣ ਗੁਰਮਤ ਨੂੰ, ਗੁਰਮਤ ਸਾਰਿਆਂ ਨੂੰ ਚੰਗੀ ਲੱਗਦੀ ਹੈ, ਇਹ ਲਾਲੀ ਹੈ। ਭਗਤ ਸਾਰਿਆਂ ਨੂੰ ਚੰਗੇ ਲੱਗਦੇ ਨੇ, ਇਹ ਲਾਲੇ ਨੇ, ਆ ਲਾਲੇ ਵੀ ਨੇ ਜੇ ਭਗਤ ਗੋਲੇ ਵੀ ਨੇ, ਗੋਲੇ ਨੇ ਹੁਕਮ ਸਤਗੁਰ ਦੇ ਸਾਹਮਣੇ ਵਿਕੇ ਹੋਏ ਨੇ, ਅਸੀਂ ਮਾਇਆ ਦੇ ਕੋਲ ਵਿਕੇ ਦੋਏ ਹੋਏ ਨੇ, ਵਿਕੇ ਦੋਏ ਹੋਏ ਨੇ, ਮਨਮੁਖ ਵੀ ਵਿਕਿਆ ਹੋਇਆ, ਗੁਰਮੁਖ ਵੀ ਵਿਕਿਆ ਹੋਇਆ, ਵਿਕੇ ਦੋਏ ਹੋਏ ਨੇ। ਇੱਕ ਤਾਂ ਮਾਇਆ ਦੇ ਸਰੀਰ ਦੇ ਖਾਤਰ ਵਿਕਿਆ ਹੋਇਆ ਬਾਲ ਦੇ ਖਾਤਰ, ਇੱਕ ਅੰਦਰਲੇ ਸਰੀਰ ਖਾਤਰ ਵਿਕਿਆ ਹੋਇਆ, ਬਸ ਇੰਨਾ ਹੀ ਫਰਕ ਹੈ। ਇੱਕ ਤਾਂ ਅੰਦਰਲੇ ਸਰੀਰ ਦੀ ਖੁਰਾਕ ਖਾਤਰ ਵਿਕਿਆ ਹੋਇਆ ਆਪਣਾ ਵਿੱਚ, ਇੱਕ ਨੇ ਆਪਣਾ ਬਾਹਰਲੇ ਸਰੀਰ ਦੀ ਖਾਤਰ ਵੇਚਤਾ, ਵਿਕੇ ਦੋਏ ਹੋਏ ਨੇ, ਬਚਿਆ ਕੋਈ ਵੀ ਨਹੀਂ ਆਇਆ।
ਜਿਹੜਾ ਉਹ ਗਿਆ ਸੀ ਨਾ ਬਟਕੀ ਖਾਵੇ ਸਾਰੀ ਗੁਪਤੀ ਖਾਵੇ ਬਟਕੀ ਸਾਰੀ ਉਹ ਨਹੀਂ ਵਿਕੇ ਹੋਏ ਨਾ ਬਾਹਰਲੇ ਸਰੀਰ ਖਾਤਰ ਨਾ ਅੰਤਲੇ ਖਾਤਰ ਇਸ ਕਰਕੇ ਨਾ ਸੁਹਾ ਕਰ ਨਾ ਉਹ ਰੰਟ ਜਿਹੜਾ ਤਾਂ ਬਾਹਰਲੇ ਸਰੀਰ ਖਾਤਰ ਵਿਕੀ ਹੋਈ ਹੈ ਬੁੱਧ ਉਹਦਾ ਰੰਟ ਹੈ ਜਿਹੜੀ ਅੰਤਲੇ ਖਾਤਰ ਵਿਕੀ ਹੋਈ ਹੈ ਉਹ ਸੁਹਾਗ ਬਸ ਅੰਤਲੇ ਮੰਦਰ ਦੇ ਵਿੱਚ ਕੌਣ ਆਇਆ ਰਹਿੰਦਾ ਮੰਦਰ ਦੇ ਵਿੱਚ ਗੋਪਾਲ ਰਹਿੰਦਾ ਗੋਪਾਲ ਦਾ ਮੰਦਰ ਰਹਿਣਾ ਇਸ ਪਿੰਜਰੇ ਮੇਰਾ ਸੌ ਵਸੇ ਉਹ ਮੰਦਰ ਵਿੱਚ ਸੌ ਰਹਿੰਦਾ ਆਹ ਪਿੰਜਰਾ ਅੰਦਰ ਮੰਦਰ ਹੈ ਉਹਦੇ ਸੌ ਹੈ ਉਹਦੇ ਸੌ ਮੰਦਰ ਚ ਰਹਿੰਦਾ ਉਹ ਮੰਦਰ ਵਾਸਤੇ ਹੀ ਸਭ ਕੁਛ ਲਿਆ ਕੇ ਦਿੰਦੀ ਹੈ ਉੱਥੇ ਸੇਵਾ ਕਰਦੀ ਹੈ ਉੱਥੇ ਵਿਕੀ ਹੋਈ ਹੈ ਤਾਂ ਲਾਲਣ ਜੇ ਬਾਹਰਲੇ ਖਾਤਰ ਵਿਕੀ ਹੋਈ ਫਿਰ ਕਬੁੱਧ ਹੈ ਲਾਲਣ ਦੀ ਕਲਾਲਣ ਨੂੰ ਕਿਹਾ ਕਲਾਲਣ ਨੂੰ ਤੂੰ ਐਸਾ ਲਾਹਣ ਮੇਲ ਕਾਇਆ ਕਲਾਲਣ ਲਾਹਣ ਮੇਲੋ ਗੁਰ ਕਾ ਸ਼ਬਦ ਗੁਰ ਕੀ ਹਿਰਦੇ ਵਿੱਚ ਮੇਲ ਹੈ ਲੈਣ ਹਿਰਦੇ ਵਿੱਚ ਬਾਹਰ ਨੀ ਮੇਲਣਾ ਬਾਹਰ ਨੀ ਉਧਰ ਮੇਲ ਭਾਂਡਾ ਤੇਰੇ ਕੋਲ ਹੈਗਾ ਅੰਦਰ ਗੁਰ ਕਾ ਗਿਆਨ ਗੁਰ ਕਾ ਸ਼ਬਦ ਗੁਰ ਕੀ ਨੇ ਜਿਹੜਾ ਗੁਰਬਾਣੀ ਦਾ ਸ਼ਬਦ ਹੈ ਇਹਦਾ ਗੁਣ ਬਣਾ ਇਹਨੂੰ ਰੜਕਣਾ ਫਿਰ ਆਪਾਂ ਨੇ ਗੁਰੂ ਉਪਦੇਸ਼ ਹੈ ਜਿਹੜਾ ਉਹਨੂੰ ਗੁਣ ਦੇ ਤੋਂ ਉਹੀ ਪਲ ਮਿੱਠਾ ਨਾ ਹੋ ਗੁਰਬਾਣੀ ਮਿੱਠੀ ਹੈ ਨਾ ਮਿੱਠਾ ਚ ਹੈਗਾ ਇਹ ਚ ਨਾਮ ਪਿਆ ਹੋਇਆ ਨਾਮ ਦਾ ਮਿੱਠਾ ਚ ਹੈਗਾ ਗੁਰ ਸ਼ਬਦ ਦੇ ਵਿੱਚ ਮਿੱਠਾ ਬਾਣੀ ਮਿੱਠੀ ਹੈ ਨਾਮ ਪਿਆ ਹੋਇਆ ਚ ਮਿੱਠਾ ਪਾਉਣ ਦੀ ਲੋੜ ਨੀ ਹੈ ਇਹਦੇ ਚ ਗੁਰ ਕਾ ਸ਼ਬਦ ਗੁਣ ਕੀਰ ਦੇ ਇਹ ਗੁਣ ਇਹ ਗੁਣ ਹੈ ਇਹਦੇ ਚ ਮਿੱਠਾ ਹੀ ਹੈ ਗੁਣ ਕੀਰ ਦੇ ਕ੍ਰਿਸ਼ਨਾ ਕਾਮ ਕ੍ਰੋਧ ਮਦ ਮਤ ਸਰ ਪਾਣੀ ਕੀ ਪਾਇਆ ਪਾਣੀ ਪਾਇਆ ਸੰਸਾਰੀ ਗਿਆਨ ਸੰਸਾਰੀ ਗਿਆਨ ਨੀ ਪਾਇਆ ਸੰਸਾਰੀ ਗਿਆਨ ਪਾਣੀ ਪਾਇਆ ਜਿਹੜਾ ਸੰਸਾਰੀ ਗਿਆਨ ਜੈਸੇ ਜਲ ਮੈਂ ਕਬਲ ਨਿਰਾਲਮ ਮੁਰਗਾ ਵੀ ਨਸਾਣੇ ਪਾਣੀ ਹੋਈ ਹੈ ਇੱਥੇ ਤੱਕ ਪਾਣੀ ਹੋਇਆ ਜਿਹੜਾ ਸੰਸਾਰ ਦਾ ਗਿਆਨ ਵਿੱਚ ਪਾਣੀ ਪੈ ਗਿਆ ਗੁਰ ਕਾ ਸ਼ਬਦ ਗੁਣ ਹੋ ਗਿਆ ਤਪ ਗਿਆ ਲਾਣ ਹੋ ਗਿਆ ਕਾਮ ਕ੍ਰੋਧ ਮਦ ਮਤ ਸਰ ਹੁਣ ਤਤ ਗਿਆਨ ਹੋ ਗਿਆ ਹਾਂ ਜੋ ਤੱਤ ਹੈ ਜੋ ਗਿਆਨ ਹੈ ਤਤ ਗਿਆਨ ਤਤ ਗਿਆਨ ਹੈ ਗੁਣ ਹੋ ਗਿਆ ਕ੍ਰਿਸ਼ਨਾ ਕਾਮ ਕ੍ਰੋਧ ਕਾਮ ਕ੍ਰੋਧ ਇਹ ਮਦ ਮਦ ਹੰਕਾਰ ਮਤ ਸਰ ਮਤ ਸਰ ਇਹ ਜਿਹੜੇ ਇਹਨਾਂ ਨੂੰ ਕੱਟ ਕੱਟ ਕੇ ਕਸ ਪਾ ਦੋ ਜਿਵੇਂ ਕਿੱਕਰ ਦਾ ਕਸ ਪਾਈਦਾ ਕਸ ਨੀ ਪਾਦੇ ਸ਼ਰਾਬ ਚ ਇਹ ਪਾ ਦੋ ਕੱਟ ਕੇ ਵਿੱਚ ਇਹਦੇ ਨਾਲ ਜਲਦੀ ਉੱਭਣ ਲੱਗੂਗੀ ਇਹਦਾ ਕਸ ਇਹਦਾ ਪਾਉਣ ਕੱਟ ਕੇ ਵਿੱਚ ਪਾ ਦੇਣ ਵਿੱਚੇ ਗੜ ਜਾਣਗੇ ਇਹਨੂੰ ਵਿੱਚੇ ਗੜ ਦੋ ਵੱਢ ਕੇ ਇਹਦੇ ਕਾਹਦੋ ਗੜ ਜਾਣਗੇ ਵਿੱਚੇ ਹੀ ਇਹਨੂੰ ਖਾਜੂ ਇਹਦਾ ਇਹਨਾਂ ਦਾ ਅਸਰ ਵਿੱਚੇ ਹੀ ਖਾਜੂ ਇਹ ਬੇਅਸਰ ਹੋ ਜਾਣਗੇ ਤੁਹਾਡੇ ਵਾਸਤੇ ਇਹ ਦਿੱਕਤ ਪੈਦਾ ਕਰਦੇ ਨੇ ਇਹਦੇ ਛੱਡ ਦੋ ਇਹਨਾਂ ਨੂੰ ਤਤ ਗਿਆਨ ਖਾਜੂ ਇਹਨਾਂ ਨੂੰ ਤਤ ਗਿਆਨ ਇਹਨਾਂ ਨੂੰ ਖਾਜੂਗਾ ਵਿੱਚ ਕ੍ਰਿਸ਼ਨਾ ਕਾਮ ਕ੍ਰੋਧ ਮਦ ਮਤ ਸਰ ਕਾਟ ਕਾਟ ਕਸ ਦੀਨ ਦੇ ਕੱਟ ਕੱਟ ਬਰੀਕ ਬਰੀਕ ਕਰਕੇ ਫਿਰ ਛੱਡ ਦੋ ਇਹਦੇ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾ ਕੋ ਜਬ ਤਬ ਦੇਉ ਦਲਾਲੀ ਰੇ ਕੋਈ ਹੈ ਰੇ ਸੰਤ ਕੋਈ ਸੰਤ ਐਸਾ ਹੈਗਾ ਜਿਹਦੇ ਕੋਲ ਇਹ ਜਾ ਕੁਛ ਕੀਤਾ ਹੋਇਆ ਹੋਵੇ ਕੋਈ ਚਾਟੀ ਬਣੀ ਹੋਈ ਹੋਵੇ ਇਹ ਜੀ ਲਾ ਦੇ ਜਿਹਨੇ ਤ੍ਰਿਸ਼ਨਾ ਮਦ ਮਤ ਸਰ ਪਾਇਆ ਹੋਵੇ ਵਿੱਚ ਤੇ ਗਿਆਨ ਗੁਰ ਕਾ ਗਿਆਨ ਗੁਰ ਕਰਕੇ ਪਾਣੀ ਪਾ ਕੇ ਲਾਹਣ ਤਿਆਰ ਕੀਤਾ ਹੋਵੇ ਕੋਈ ਸਹਿਜ ਸੁਖ ਵਾਲਾ ਟਿਕਿਆ ਹੋਇਆ ਸੰਤ ਐਸਾ ਹੈ ਕਿਉਂ ਮੈਨੂੰ ਇਹ ਸ਼ਰਾਬ ਚਾਹੀਦੀ ਹੈ ਕਬੂਲ ਚਾਹੀਦੀ ਹੈ ਐਸੀ ਇੱਕ ਬੂਤ ਚਾਹੀਦੀ ਹੈ ਮੈਨੂੰ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਸਹਿਜ ਸੁਖ ਟਿਕਿਆ ਹੋਇਆ ਮਨ ਹੈ ਉਹਦਾ ਮਨ ਟਿਕਿਆ ਹੋਇਆ ਸ਼ਾਂਤ ਸੁਖ ਵਿੱਚ ਬੈਠਾ ਜਾ ਕੋ ਜਪ ਤਪ ਦਿਓ ਦਲਾਲੀ ਰੇ ਮੈਂ ਜਿਹੜਾ ਜਪ ਤਪ ਹੁਣ ਤੇ ਕੀਤਾ ਨਾ 80 ਸਾਲ ਤੱਕ ਸਾਰਾ ਹੀ ਉਹਨੂੰ ਦਲਾਲੀ ਚ ਦੇ ਦੂ ਦਲਾਲੀ ਹੁੰਦੀ ਹੈ ਜੇ ਮੈਨੂੰ ਇੱਕ ਬੂਤ ਦੋ ਉਹਦੇ ਵੱਡੇ ਸਾਰਾ ਹੀ ਦੇ ਦੂ ਇੰਨਾ ਤਪ ਕੀਤਾ ਹੋਇਆ ਦਲਾਲੀ ਜੇ ਦੇ ਦੂ
जब तब दे दलाली रे दलाली रे एक बूंद पर तन मन दे एक बूंद पर तन मन दे एक बूंद ए दलाली चे जद जो मत एक बूंद दे दे ना ओदा खातर मैं तन मन भी दू ओदी बूंद की कीमत आटा है दलाली हुई असल ए दर्शनी भेटा है दलाली दर्शनी भेटा नु कीमत नहीं होंदी दलाली दी देखो ना कोई आप प्लॉट लेने दलाली दे पैसे वखरे होंदे ने प्लॉट की कीमत वखरी होंदी वस्तु की कीमत वखरी है दलाल दे पैसे वखरे होंदे ओदा साइज होकर नु दा दलाली हो बननी है संतर नु दा दलाली हो बननी है जब तब दे दलाली रे एक बूंद पर तन मन दे वो जो मद दे कलाली जो मद दे कलाली जे मैनु शराब दे दे कोई कलाली ना एक बूंद पर तन मन दे दू ओ मद कहते खराब ने खराब नहीं है गुरबाणी बद आवाज आत्मा वाली मंगी जे कलाली कलाली जी ने बनाई है पहली बुद्धि जेडी साडे को इस वक्त बुद्धि है ना कलाली है यही बना रही है जद एक बूंद पैनी है जा ना मिलना जा तो होने अवस्था हो जानी है यह बूंद तैयार करने वाली कलाली है पीण वाली लाली है पी के लाली बनना ने नशा तो पीते ही होना ना होता जिन्ना चर मिलता नहीं है जिन्ना चर आराधना है देखो जरा सहज सुख पैदा होया ना संतोखी संत है ओदी बुली बुद्धि भी है जो कलाली हो है जिन्ना चर गुरबाणी उच्चारण नहीं करती उन्ना चर कलाली है जेड़ा एक फिर भी एक पासे वाली लाली है एक पासे वाली कलाली है जेड़ा ज्ञान पैदा संसारी विच संसारी नहीं पैदा मन कोल जेड़ा ज्ञान है ਉਹ ਕੀ ਹੈ ਮਾਇਆ ਦਾ ਸੱਜੇ ਹੱਥ ਚ ਲਾਲੀ ਹੈ ਖੱਬੇ ਚ ਕਲਾਲੀ ਹੈ ਤਾਂ ਗੁਰਬਾਣੀ ਰਚਦੀ ਹੈ ਸਰੀਰ ਨਾਲ ਜੋ ਜੁੜਿਆ ਹੋਇਆ ਨਾ ਸੰਸਾਰ ਦੀ ਗੱਲ ਕਰ ਰਿਹਾ ਸੰਸਾਰ ਨੂੰ ਕਲਾਲੀ ਉਹ ਦੇਖ ਰਹੀ ਹੈ ਇੱਕ ਬੂੰਦ ਪਰ ਤਨ ਮਨ ਦੇਵੋ ਜੇ ਮਨ ਦੇ ਕਲਾਲੀ ਰਹੇ ਕਲਾਲੀ ਰਹੇ ਭਵਨ ਚਤੁਰ ਦਸ ਭਾਠੀ ਕੀਨੀ लाली जेड़ी असल दे लाली है ना उन्हें सारी सृष्टि पैदा की भगत की बुद्धि उसके बराबर नहीं होती कदे भगत तो बुलाया बोलता लाली का बुलाया बोलती है जेड़ी वो कलाली हुई है लाली नहीं है लाली आऊगी शरीर छड़ के जना जर दे चरना चर कलाली हो है दे छू फिर लाली है या सुरत शब्द बिच समा जूगी ना हमेशा लाली है जिना चर संसार च अभी तो ना समुद्र में क्या जाने क्या होता तक लाली होगी शरीर तो है माया तो है माया जाए जा थक जिना चर माया उन्ना चर कलाली रहूगी जब माया मुक जूगी फिर की दू देखो हूं दे रही है मक्खन का दुध बना के दे रही है ना फिर इना मक्खन दुध नहीं बना के दे सकती लाली मेरा मक्खन दे सकती है दुध नहीं बना के दे सकती कलाली मक्खन लेंदी है दुध बना के दिंदी लगे समझ दुध बना के देना उही नाम आया उही है एक बूंद पर तन मन दे बू जेड़ा गुरका शब्द आया परमेश्वर का फरमान आया दरगाह तो उसे बनाया लाहन और लाहन का बनाया लाहन और का बनाया वही गुण पाया नाम नाम ही गुण बनाया नाम का ही मिट्टा पाया और कहीं और की पाया उसे का लाहन बनया गुरबाणी लाहन है गुरबाणी जेड़ी उत दुद्ध कहता लाहन कहता गल तो एक ही है लाहन च भी पानी मिलता है मक्खन च भी पानी मिलता है दुद्ध बनता
फर्क नहीं है गल का, एक ही गल है, फर्क ता है कि पंडित नशा ते ज्यादा खिलाफ सी पंडित का प्रचार, और नशा के खिलाफ नहीं हैगी गुरमत, बस पंडित नशा तो जिन्ना एंटी सी गुरमत उन्ना एंटी है नहीं नशा तो, कहे नशे दा नाल जिन्हू नशे की लोड़ है। देखो शिवजी नशा सुखे का वरतद, जोगी सुखा वरतदे सी, सुखे का जिक्र नहीं आया कित गुरबाणी च, सुखे ते अटैक किया हो सुखा भी नशा इधर अटैक किया, फीम दे उत्ते है जिक्र, फीम का फीम का जिक्र है, अमली को जैसे अमल बाल हाथ ऐसे मेरे मन रवैया रवैया, उन्होंने भी बुरा बनाया फीम नू भी, शराब नू थोड़ा जा बुरा बनाया है, शराब नू तो बुरा बनाया इतने, पर एह जी शराब चाहिए, एह जा नशा चाहिए, शराब का नशा जरा हंकार बढ़ा दिता है, हंकार बढ़ा दिता पहली स्टेज च, पर जे नाम का नशा हो शराब उसे चढ़ती हो रही है कुछ नहीं कर सकता, ए जी गल नहीं है भी शराब भ्रष्ट कर दू तू, यह गल गलत है, जो कह रहे हैं भी शराब चली गई नाम का नशा उतर दी, गल गलत है, कोई कहे पानी च अग लग जूगी, बिल्कुल गलत है, पानी च नहीं अग लगती, पानी च अग ता लगू पेट्रोल पानी के उत्ते सड़ती है, पेट्रोल हो तरदा अग ला दी पेट्रोल जल जू पानी फिर भी नहीं जलता, जलूगा पेट्रोल पानी नहीं जलता, हाथों के उत्ते लोग स्पिरिट पा के अग ला देने, स्पिरिट ज्यादा हाथ में सेक नहीं लगता, क्योंकि स्पिरिट दो इंच उपर अग होती है, अग नहीं नेड़े थेड़ी ते होती, स्पिरिट दो इंच उपर तो भाप बनती है, जी स्पिरिट के पेपर होंगे ने दो इंच उपर तक, और दो इंच उपर अग होती है थे तो अगे नहीं होंगी, ऐ उंगली पाके स्पिरिट अग ला दो थोड़ी उंगली सेक नहीं लगता, अग चारे पास हो उंगली, उंगली का स्पिरिट डोब के ना जो वधिया स्पिरिट है, शराब नू भी लोग लाते उंगल ते अग ला लो उंगल नू सेक नहीं लगता, पानी नू नहीं अग ला सकती शराब, समझ लगी ना, ये गल गलत है इन्हों की, असल च पल्ले ही कुछ नहीं इन्होंने लोगों के जो शराब के इन्हें खिलाफ ने, पल्ले ही कुछ नहीं, एक मुद्दा बना लिया इन्होंने, और पहली स्टेज के पिछे खतरनाक जरूर है, पहली स्टेज च तुर नहीं दिंदी इस रस्ते, तुर के पिछे अड़का भी है अड़का नहीं भी, ऐसे भी आदमी ने जो अड़का नहीं भी, ये एक इको खाण पीण से इको सुहागे असं नहीं सारे लग सकते, ऐसे भी संत हुए ने, पैरा सौ सी पैरा सौ वर्गा एक भी संत नहीं सी, इन्हां च हुण भी नहीं है जिन्ने संत ने, चार साल वाला पैरा सौ चौबी घंटे शराब पीते सी, सारे इलाके के शराबी उहदे कोल बैठे पीते सी, हुण कहिंदा खलू पाउने जाके चढ़दी है मेरे को बैठो चढ़ के दिखावे, बदमाशो लोकां नूं तुसीं लाउणे अजूती पई है मेरे को पियो सारा दिन नहीं जी महाराज उत्थे हथ बंद जाके इतना मस्ती कर देने जान के चलो जान के मस्ती करनी वे तां कर देने ओ लोकां ने बदनाम किया इन ज्यादा आप शराब पीता रहे सारा सारा दिन सारे सिद्ध करते उन्हें बंद पीड़ सारे देश पीते ने यूरोप पीता कोई तो देखे मस्ती करता कोई लड़ता